14 ਜਾਂ 15 ਨੰਬਰਾਂ ਦਾ ਮੈਚ ਹੋਊਗਾ ਜੀ। ਲਓ ਸੀ ਦੀ ਟੀਮ ਇਧਰਲੇ ਪਾਸੇ ਆ ਗਈ ਮਿੱਤਰੋ, ਸ਼ਹਿਰ ਵਾਲੀ ਸਾਈਡ ਤੇ ਦੂਸਰੇ ਪਾਸੇ ਧੌਰੀ ਇਹ ਸਾਜਣਾ ਹਰਿਆਣੇ ਵਾਲਾ ਤੇ ਲਾਲ ਹੋਣੀ ਵਾਲਾ ਕਹਿੰਦਾ ਨੇ ਕਬੱਡੀ ਟੂਰਨਾਮੈਂਟ ਦਾ ਕਹਿੰਦਾ ਨੇ ਕਿੱਟ ਜੇ ਤੂੰ ਇਸ ਸਾਲ ਦਾ ਪਹਿਲੇ ਤੂੰ ਨੰਬਰ ਲੈ ਗਿਆ ਤੇ ਆ ਪ੍ਰਵੀਰ ਬਹੁਤ ਪ੍ਰਿਆ ਪ੍ਰਵੀਰ ਤੇ ਦੂਸਰੇ ਪਾਸੇ ਰਾਮ ਮਿਹਰ ਟਿੰਕੂ ਤੇ ਨਾਲ ਹੀ ਕਹਿੰਦੇ ਵੀ ਸੋਨੂ ਚਾਰਲੀ ਵਾਲਾ ਹਰਿਆਣੇ ਦੀ ਟੀਮ ਦੇ ਚਾਰ ਆਪੀ ਬਿਲਕੁਲ ਤਿਆਰੀ ਦੇ ਵਿੱਚ ਨੇ ਧਨੌਰੀ ਵਾਲੇ ਤੇ ਬੋਪਰੀ ਪ੍ਰਵੀਨ ਦੀ ਪੈਂਦੀ ਕਬੱਡੀ ਤੇ ਇਹ ਆ ਦੇਖੋ ਇਹ ਮੁੰਡਾ ਇਹ ਸੋਨੂ ਚਾਰਲੀ ਵਾਲਾ ਕਹਿੰਦੇ ਮੋਟਰਸਾਈਕਲ ਦੀ ਚਾਬੀ ਤੇ ਕਬਜ਼ਾ ਕਰਨ ਲੱਗਿਆ ਸੀ ਕਹਿੰਦਾ ਮੈਂ ਬੇਬੇ ਨੂੰ ਫੋਨ ਕਰਤਾ ਕਿ ਬੇਬੇ ਤੇ ਤਿਆਰ ਰੱਖੀ ਅੱਜ ਤੇਰਾ ਪੁੱਤ ਮੋਟਰਸਾਈਕਲ ਜਿੱਤ ਕੇ ਕਬੱਡੀ ਪਾ ਰਹੇ ਆ ਦੇਖਣਾ ਹੋਰ ਧਰਤੀ ਮਾਂ ਨੂੰ ਮੱਥਾ ਤੇ ਸਾਹਮਣੇ ਚਾਰ ਜਾਫੀਆਂ ਦੇ ਉੱਤੇ ਬੋਲਿਆ ਹੋਇਆ ਹਮਲਾ ਹੁਣ ਵੇਖਣਾ ਵੀ ਕਿਹੜਾ ਖਿਡਾਰੀ ਜਿਸ ਟੀਮ ਨੇ ਕਹਿੰਦੇ ਪੰਜਾਬ ਦੇ ਵੱਡੇ ਟੇਲਿਆਂ ਦੇ ਉੱਤੇ ਹਲਕਾ ਉਚਾਇਆ ਹੋਇਆ ਲੋ ਸਾਹਮਣੇ ਧਨੌਰੀ ਵਾਲੇ ਚਾਰ ਜਾਫੀਆਂ ਇਸ ਵੇਲੇ ਮੈਦਾਨ ਦੇ ਵਿੱਚ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਰਦੇ ਨੇ ਸਾਹਮਣਾ ਸੋਨੂ ਦੇ ਨਾਲ ਮੁਕਾਬਲਾ ਇਹ ਕਹਿੰਦੇ ਨੌਜਵਾਨ ਗੱਭਰੂ ਬੋਲਟ ਦਾ ਜੇਤੂ ਜਿਹਨੇ ਪਿਛਲੇ ਦਿਨੀ ਕਹਿੰਦੇ ਗਹਿਲ ਦੇ ਵਿੱਚੋਂ ਬੋਲਟ ਮੋਟਰਸਾਈਕਲ ਜਿੱਤੇ ਆ ਅੱਜ ਵੀ ਕਹਿੰਦੇ ਬੋਲਟ ਨੂੰ ਕਹਿੰਦੇ ਬਾਕੀ ਜਾਣ ਲਓ ਕੱਲ ਅਖਬਾਰ ਨੂੰ ਚਿਪੜ ਕੇ ਕੱਲ ਅਖਬਾਰਾਂ ਦੇ ਵਿੱਚ ਗੱਲਾਂ ਹੋਣੀਆਂ ਲੋਕ ਪੁਆਇੰਟ ਧਾਵੀ ਦਾ ਧਰਮਾ ਹਰਿਆਉ ਜੀ ਗੱਲ ਕਰਨਗੇ ਇਹ ਫਿੱਕੀ ਸੀ ਮਿੱਤਰੋ ਕਬੱਡੀ 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 ਮੁੰਡਾ ਹੱਥਾਂ ਚੋਂ ਨਿਕਲਿਆ
ਗਰਾਊਂਡ ਦੇ ਵਿੱਚ ਪੈ ਚੁੱਕੀ ਹਾਂ ਜੀ। ਉਹਨਾਂ 500 ਰੁਪਏ ਸਾਡੇ ਬਹੁਤ ਹੀ ਸਤਿਕਾਰਯੋਗ ਰਾਮਲਿੰਦਰ ਸਿੱਧੂ ਜੀ ਵੱਲੋਂ ਰਵੀ ਦਿਉਰੇ ਵਾਲੇ ਦੇ ਲਈ ਪੁੱਜ ਗਿਆ। ਕਹਿੰਦੇ ਮੁੰਡਾ ਹੱਥ ਨਹੀਂ ਧਲਾਉਣ ਦੇ ਰਿਹਾ ਕਿਉਂਕਿ ਸੈਮੀ ਫਾਈਨਲ ਤੋਂ ਉਹਨਾਂ ਦੇ ਮੈਚ ਜਿਹੜੇ ਵੇਖਦੇ ਆ ਰਹੇ ਨੇ। ਖਿਡਾਰੀਆਂ ਦੇ ਮਾਣ ਕੀਤੇ ਜਾ ਰਹੇ ਨੇ। ਲਓ ਪ੍ਰਵੀਨ ਗੋਪੜਵਾ ਵੱਖਰੀ ਜੀ ਕਰਾਈ ਇੱਕ ਕਢਾਈ ਤੇ ਸਾਹਮਣੇ ਚਾਰ ਜਲਸਿਆਂ ਦੇ ਉੱਤੇ ਬੋਲਿਆ ਹੋਇਆ ਧਾਵਾ। ਹੁਣ ਵੇਖਦਾ ਵੀ ਲਹਿਰ ਕਾਂਗੇ ਦੇ ਵਿੱਚੋਂ ਅੱਜ ਕਿਹੜਾ ਮੋਟਰਸਾਈਕਲ ਜਿੱਤ ਕੇ ਲਿਆਂਦਾ ਗੱਲ ਸਮਝਣੀ ਹੋ ਗਈ ਹੈ। ਲਓ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਜੁੜਿਆ। ਲਓ ਧਰਮਾ ਰਹਿਓ ਜੀ ਕਰੋ ਗੱਲ ਅਗਲੀ ਕਬੱਡੀ ਦੀ। ਹਾਂ ਇਹ ਐਵੇਂ ਦੀ ਮੋਟਰਸਾਈਕਲ ਜਿੱਤੇ ਜਾਂਦੇ ਦੁਨੀਆਂ ਦੇ ਵਿੱਚ ਸ਼ਾਨ ਹੈ ਇਹਨਾਂ ਖੇਡਦੇ ਨਾ ਕਰਕੇ। ਪੰਪਰੀਆ ਪ੍ਰਵੀਨ ਇੱਕ ਪੁਆਇੰਟ ਦਾ ਹੋਰ ਵਾਧਾ ਕਰ ਗਿਆ ਸੀ ਦੀ ਟੀਮ ਦੇ ਵਾਸਤੇ। ਰੌਣੀ ਬਾਗ ਟੀਚਾ ਅਗਲੀ ਰੇਡ ਪਾਉਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕਿ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਪਰਖੇ ਜਾਣਗੇ ਵਿੱਚ ਮੈਦਾਨ ਜਾਵੋ। ਕਈ ਹਲਕੇ ਟੱਚ ਕਰ ਭੱਜਣਗੇ ਤੇ ਕਈ ਅਰਨਗੇ ਬਾਗ ਚਟਾਨ ਜਾਵੋ ਕਈ ਅਰਨਗੇ ਬਾਗ ਚਟਾਨ ਯਾਰੋ। ਜੀਤ ਕੋਹਲੀ ਵਾਲਾ ਪਰ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਜਾ ਜੁੜਿਆ। ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਦੀ ਮੁੱਕਣੀ ਹੈ। ਗੁੱਡੂ ਸਿੱਧ ਵਾਲੇ ਦੀ ਲਿਖੀ ਗੱਲ ਵਾਂਗੂ ਉਹ ਗੱਲ ਜੱਫਿਆਂ ਤੇ ਮੁੱਕਣੀ ਹੈ। ਲੈ ਵੀ ਰਾਜ ਮੇਰਾ ਲੈ ਵੀ ਸੋਨੂੰ ਐਵੇਂ ਨੀ ਮੰਨਣਾ ਵੀ ਗੈਲ ਦੇ ਕਬੱਡੀ ਕੱਪ ਤੋਂ ਫੋਰ ਤੇ ਬੋਲਡ ਜਿੱਤੇ ਗੱਲ ਕਰਕੇ ਸੋਣੀ ਪੈਣੀ ਹੈ। ਲੋ ਰਵੀ ਦਿਆਰੇ ਵਾਲਾ ਵੀ ਕਹਿੰਦੇ ਮੰਨਿਆ ਪਰ ਮੰਨਿਆ ਤਾਂ ਵੀ ਹੈ। ਯੂਐਸਏ ਦੇ ਵਿੱਚ ਵੀ ਗੱਲਾਂ ਚੱਲੀਆਂ, ਕਨੇਡਾ ਦੇ ਵਿੱਚ ਵੀ ਗੱਲਾਂ ਚੱਲੀਆਂ ਤੇ ਹੁਣ ਪੰਜਾਬ ਦੀ ਧਰਤੀ ਤੇ ਹਰਿਆਣੇ ਦੇ ਵਿੱਚ ਧੋਵਾਂ ਪੈਂਦੀਆਂ ਵਾ ਇਸ ਵੇਲੇ। ਰਾਜ ਚੜ ਜਾਂਦਾ ਚਾਜ
ਦੱਸਦੇ ਜਾਈਏ ਬਲਿਹਾਰੇ ਜੀ ਨੇ ਕਾਹਦੇ ਦੀ ਕੱਢੀ ਆ ਖੇਡਣੀ ਕਬੱਡੀ ਆ ਲੋ ਖੇਡਣੀ ਕਬੱਡੀ ਆ ਲੋ ਦੋ ਨੰਬਰ ਤੋਂ ਇਸ ਵੇਲੇ ਮੁਕਾਬਲਾ ਖਿਡਾਰੀ ਨੇ ਕੋਸ਼ਿਸ਼ ਕੀਤੀ ਆ ਪਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਵਿੱਚ ਜਾ ਜੁੜਿਆ ਅਗਲੀ ਰੇਡ ਪਾਉਣ ਦੇ ਲਈ ਟੀਟਾ ਧਨੌਰੀ ਵਾਲਾ ਕਿ ਪੱਟਾਂ ਦੇ ਨਾਲ ਪੱਟ ਨੇ ਖੇਡੇ ਡੋਲਿਆਂ ਨੂੰ ਇਹਦੇ ਹੱਥ ਨਾ ਪੈਂਦੇ ਡੋਲਿਆਂ ਨੂੰ ਇਹਦੇ ਹੱਥ ਨਾ ਪੈਂਦੇ ਹੁਣ ਵੇਖਣਾ ਵੀ ਕਿਹੜਾ ਖਿਡਾਰੀ ਡੋਲੇ ਨੂੰ ਹੱਥ ਫੜ ਕੇ ਮਾਰ ਕੇ ਕੈਂਚੀ ਜਾਂ ਖੁੱਚੀ ਲੱਗਦਾ ਲੈ ਵੀ ਜੀਤ ਕੋਠੀ ਵਾਲਿਆ ਗੱਲ ਕਰਨੀ ਪੈਣੀ ਆ ਪਰ ਪੁਆਇੰਟ कुछ भी हो सकता है हजे तो यार मैदान है कुछ भी हो सकता है राम मेहर राम से राम की मेहर होंगी है कि नहीं एक पासे प्रिया प्रवीण राम मेहर मेरा ख्याल है ਬੈਠੂਗਾ ਇਹ ਰੱਬ ਦੀ ਮਿਹਰ ਤੇ ਬੰਦੇ ਦੀ ਮਿਹਨਤ ਹੈ ਕਿਉਂਕਿ